ਕੀ ਤੁਹਾਨੂੰ ਪੰਛੀਆਂ ਦੀ ਲੋੜ ਹੈ ਜਾਂ ਕਿ ਪੰਛੀਆਂ ਨੂੰ ਤੁਹਾਡੀ ਲੋੜ ਹੈ। ਮੈਂ ਕਹਾਂਗਾ ਕਿ ਤੁਹਾਨੂੰ ਪੰਛੀਆਂ ਦੀ ਵਧੇਰੇ ਜ਼ਰੂਰਤ ਹੈ ਜਿੰਨੀ ਉਹਨਾਂ ਨੂੰ ਤੁਹਾਡੀ ਜ਼ਰੂਰਤ ਹੈ। ਪੰਛੀ ਮਨੁੱਖਾਂ ਨੂੰ ਜੋ ਲਾਭ ਪਹੁੰਚਾਉਂਦੇ ਹਨ ਉਹ ਸਿਰਫ ਸੱਭਿਆਚਾਰ ਤੱਕ ਸੀਮਿਤ ਨਹੀਂ ਹੁੰਦੇ। ਪੰਛੀ ਵੀ ਵਿਸ਼ਵ ਦੇ ਵਾਤਾਵਰਨ ਪ੍ਰਣਾਲੀ ਦੇ ਕੰਮਕਾਰ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ ਜਿਸ ਦਾ ਸਿੱਧਾ ਅਸਰ ਮਨੁੱਖੀ ਸਿਹਤ, ਆਰਥਿਕਤਾ ਅਤੇ ਭੋਜਨ ਉਤਪਾਦਨ ਸਮੇਤ ਹੋਰ ਜਾਨਾਂ 'ਤੇ ਅਸਰ ਪੈਂਦਾ ਹੈ। ਨਾਲ ਹੀ ਇਸ ਧਰਤੀ ਉੱਤੇ ਲੱਖਾਂ ਹੋਰ ਕਿਸਮਾਂ। ਪੈਸਟ ਕੰਟਰੋਲ ਇਹ ਅਤਿਅੰਤ ਲੱਗ ਸਕਦੀ ਹੈ ਪਰ ਜੇ ਪੰਛੀ ਇਨਵਰਟੇਬਰੇਟਸ ਖਾਣਾ ਬੰਦ ਕਰ ਦਿੰਦੇ ਹਨ ਤਾਂ ਅਸੀਂ ਘੁੰਮਣ ਘੇਰੀਆਂ ਵਿੱਚ ਗੋਡੇ ਗੋਡੇ ਹੋਵਾਂਗੇ। ਇੱਕ ਤਾਜ਼ਾ ਅਧਿਐਨ ਨੇ ਦਿਖਾਇਆ ਹੈ ਕਿ ਪੰਛੀ ਇੱਕ ਸਾਲ ਵਿੱਚ ਲਗਭਗ 400-500 ਮਿਲੀਅਨ ਟਨ ਕੀੜੇ ਮਕੌੜੇ ਖਾਂਦੇ ਹਨ। ਹੁਣ ਕਲਪਨਾ ਕਰੋ ਕਿ ਉਹ ਸਾਰੇ ਆਲੇ ਦੁਆਲੇ ਪੰਛੀਆਂ ਤੋਂ ਬਚੇ ਰਹਿਣਗੇ ਅਤੇ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰਨਗੇ। ਪੰਛੀ ਵੀ ਪੌਦਿਆਂ ਨੂੰ ਪਰਾਗਿਤ ਕਰਦੇ ਹਨ। ਜਦੋਂ ਅਸੀਂ ਪਰਾਗਣਿਆਂ ਬਾਰੇ ਸੋਚਦੇ ਹਾਂ ਮਧੂਮੱਖੀਆਂ ਅਤੇ ਤਿੱਤਲੀਆਂ ਸਾਡੇ ਦਿਮਾਗ ਵਿੱਚ ਆ ਜਾਂਦੀਆਂ ਹਨ ਪਰ ਪੰਛੀ ਵੀ ਪਰਾਗਿਤ ਹੁੰਦੇ ਹਨ ਜਿਵੇਂ ਕਿ ਹਮਿੰਗ ਬਰਡ ਅਤੇ ਸ਼ਹਿਦ ਖਾਣ ਵਾਲੇ। ਖਾਸ ਕਰ ਉੱਚੀਆਂ ਉਚਾਈਆਂ ਜਾਂ ਗਰਮ ਮੌਸਮ ਵਿੱਚ ਉਹਨਾਂ ਦਾ ਯੋਗਦਾਨ ਅਨਮੋਲ ਹੈ। ਕੀ ਤੁਸੀਂ ਜਾਣਦੇ ਹੋ ਦੱਖਣੀ ਅਫਰੀਕਾ ਵਿੱਚ ਉਦਾਹਰਣ ਵਜੋਂ ਸਲਵੀਆ ਦੀਆਂ ਲਗਭਗ 1/4 ਪ੍ਰਜਾਤੀਆਂ ਪੰਛੀ ਬੁਰੀਤ ਹਨ ਕਿਉਂਕਿ ਬਹੁਤ ਸਾਰੇ ਫੁੱਲਾਂ ਵਿੱਚ ਖੁਸ਼ਬੂ ਦੀ ਘਾਟ ਹੈ ਅਤੇ ਪੰਛੀ ਗੰਧ ਤੋਂ ਵੱਧ ਨਜ਼ਰ ਆਉਂਦੇ ਹਨ। ਸਾਡੇ ਗ੍ਰਹਿ ਵਿੱਚ ਪਰਾਗਣਿਆਂ ਵਜੋਂ ਉਹਨਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਦਿਲਚਸਪ ਤੱਤ ਪੌਦਿਆਂ ਦੁਆਰਾ ਪਰਾਗਿਤ ਕੀਤੇ ਜਾਂਦੇ ਪੌਦੇ ਦਾ 5% ਹਿੱਸਾ ਮਨੁੱਖ ਭੋਜਨ ਜਾਂ ਦਵਾਈ ਲਈ ਵਰਤਦੇ ਹਨ ਅਤੇ ਜਦੋਂ ਉਹ ਅਲੋਪ ਹੋ ਜਾਂਦੇ ਹਨ ਨਤੀਜੇ ਵਜੋਂ ਗੰਭੀਰ ਹੋ ਸਕਦੇ ਹਨ। ਉਦਾਹਰਣ ਲਈ ਹਵਾਈ ਸੈੱਟ 'ਤੇ ਫੁੱਲਾਂ ਦੀਆਂ 31 ਕਿਸਮਾਂ ਉਹਨਾਂ ਪੰਛੀਆਂ ਦੇ ਨਾਲ ਨਾਲ ਅਲੋਪ ਹੋ ਗਈਆਂ ਹਨ ਅਤੇ ਉਹਨਾਂ ਨੂੰ ਪਰਾਗਿਤ ਕਰਦੀਆਂ ਹਨ। ਪੰਛੀ ਬੀਜ ਫੈਲਾਉਂਦੇ ਹਨ। ਪੰਛੀ ਜਦੋਂ ਯਾਤਰਾ ਕਰਦੇ ਹਨ ਤਾਂ ਉਹ ਬੀਜ ਵੀ ਫੈਲਾਉਂਦੇ ਹਨ। ਉਹ ਬੀਜ ਲੈਂਦੇ ਹਨ ਜੋ ਉਹਨਾਂ ਨੇ ਆਪਣੇ ਨਾਲ ਖਾਧਾ ਹੈ ਅਤੇ ਉਹਨਾਂ ਦੇ ਬੂੰਦਾਂ ਦੁਆਰਾ ਫੈਲਾਇਆ। ਉਹ ਪੌਦਿਆਂ ਨੂੰ ਵਾਤਾਵਰਨ ਪ੍ਰਣਾਲੀ ਵਿੱਚ ਵਾਪਸ ਲਿਆਉਂਦੇ ਹਨ ਜੋ ਬਰਬਾਦ ਹੋ ਚੁੱਕੇ ਹਨ ਅਤੇ ਸਮੁੰਦਰ ਦੇ ਕਵਰਿੰਗ ਵਾਲੇ ਪੌਦੇ ਵੀ ਨਵੀਂ ਧਰਤੀ 'ਤੇ ਲੈ ਜਾਂਦੇ ਹਨ। ਪੰਛੀਆਂ ਨੇ ਪੌਦੇ ਦੇ ਜੀਵਨ ਨੂੰ ਸ਼ੇਪ ਲਾਉਣ ਵਿੱਚ ਸਹਾਇਤਾ ਕੀਤੀ ਹੈ ਜੋ ਅਸੀਂ ਦੁਨੀਆ ਭਰ ਵਿੱਚ ਵੇਖਦੇ ਹਾਂ। ਉਦਾਹਰਣ ਵਜੋਂ ਨਿਊਜ਼ੀਲੈਂਡ ਦੇ ਜੰਗਲਾਂ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਲਗਭਗ 70% ਪੌਦਿਆਂ ਵਿੱਚ ਪੰਛੀਆਂ ਦੁਆਰਾ ਖਿੰਡੇ ਹੋਏ ਬੀਜ ਹਨ। ਪੰਛੀ ਕੁਦਰਤ ਦੀ ਮੁਫਤ ਕਲੀਨ ਅਪ ਕਰੂ ਹਨ। ਗਿਰਜਾਂ ਦੇ ਉੱਪਰ ਚੱਕਰ ਕੱਟਣ ਦਾ ਮਤਲਬ ਹੈ ਕਿ ਇੱਥੇ ਲਾਸ਼ ਹੈ ਪਰ ਇਹ ਮੌਤ ਦੇ 1 ਘੰਟੇ ਦੇ ਅੰਦਰ ਉਹਨਾਂ ਦੀ ਆਮਦ ਦੀ ਗਤੀ ਅਤੇ ਉਹਨਾਂ ਦੀ ਤੰਦਰੁਸਤੀ ਦੋਵੇਂ ਹਨ ਜੋ ਉਹਨਾਂ ਨੂੰ ਇੰਨੀ ਕੀਮਤੀ ਬਣਾਉਂਦੇ ਹਨ। ਇਹ ਕੁਛ ਹੋਰ ਕੁਸ਼ਲ ਕੁਚਲਣ ਵਾਲਿਆਂ ਤੋਂ ਕੁਝ ਦਿਨ ਪਹਿਲਾਂ ਹੋ ਸਕਦਾ ਹੈ ਜਿਵੇਂ ਕੁੱਤੇ ਜਾਂ ਚੂਹੇ ਖੰਡਰਾਂ ਨੂੰ ਚੁੱਕਣ ਲਈ ਪਹੁੰਚ ਸਕਦੇ ਹਨ ਜਿਸ ਨਾਲ ਮਾਰੂ ਬਿਮਾਰੀਆਂ ਜਿਵੇਂ ਕਿ ਰੇਬੀਜ ਅਤੇ ਟੀਵੀ ਇਸ ਉੱਤੇ ਵਿਕਸਿਤ ਹੋ ਜਾਂਦੀਆਂ ਹਨ ਅਤੇ ਆਲੇ ਦੁਆਲੇ ਫੈਲ ਜਾਂਦੇ ਹਨ। ਕੁਝ ਅਨੁਮਾਨ ਦਰਸਾਉਂਦੇ ਹਨ ਕਿ ਇਸ ਦੇ ਜੀਵਨ ਕਾਲ ਵਿੱਚ ਇੱਕ ਸਿੰਗਲ ਗਿਰਜ ਵੇਸਟ $11,600 ਦੇ ਲਗਭਗ ਕੂੜੇ ਦੇ ਨਿਪਟਾਰੇ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ। ਮੈਨੂੰ ਯਕੀਨ ਹੈ ਕਿ ਆਸ ਪਾਸ ਹਰ ਕੋਈ ਸੇਵਾ ਲਈ ਉਹ ਫੀਸ ਨਹੀਂ ਦੇਵੇਗਾ। ਇਹ ਮੰਨਿਆ ਜਾਂਦਾ ਹੈ ਕਿ ਏਸ਼ੀਆ ਦੇ ਗਿਰਜਾ ਦੇ ਕੋਲੈਪਸ ਜਾਣ ਤੋਂ ਬਾਅਦ ਭਾਰਤ ਦੀ ਕੁੱਤੇ ਦੀ ਆਬਾਦੀ 5.5 ਮਿਲੀਅਨ ਵੱਧ ਗਈ, ਰੇਬਿਜ ਫੈਲ ਗਈ ਅਤੇ 47,000 ਮਨੁੱਖੀ ਮੌਤ ਹੋ ਗਈ। ਪੰਛੀ ਪੂਰੇ ਲੈਂਡਸਕੇਪ ਨੂੰ ਬਦਲਣ ਵਿੱਚ ਸਹਾਇਤਾ ਕਰਦੇ ਹਨ। ਜੰਗਲ, ਦਲਦਲੀ ਅਤੇ ਘਾਹ ਦੇ ਮੈਦਾਨ ਵਰਗੀਆਂ ਆਦਤਾਂ ਦੁਨੀਆ ਭਰ ਦੇ ਮਨੁੱਖਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਇੱਥੋਂ ਤੱਕ ਕਿ ਸੈਂਕੜੇ ਮੀਲ ਦੂਰ ਰਹਿਣ ਵਾਲੇ ਵੀ ਉਹ ਕਾਰਬਨ ਨੂੰ ਸਟੋਰ ਕਰਦੇ ਹਨ। ਮੌਸਮ ਨੂੰ ਸਥਿਰ ਰੱਖਦੇ ਹਨ, ਹਵਾ ਨੂੰ ਆਕਸੀਜਨ ਬਣਾਉਂਦੇ ਹਨ ਅਤੇ ਪ੍ਰਦੂਸ਼ਕਾਂ ਨੂੰ ਪੌਸ਼ਟਿਕ ਤੱਤਾਂ ਵਿੱਚ ਬਦਲ ਦਿੰਦੇ ਹਨ। ਪਰ ਪੰਛੀਆਂ ਤੋਂ ਬਿਨਾਂ ਇਹ ਵਾਤਾਵਰਨ ਸੰਤੁਲਨ ਅਲੋਪ ਹੋ ਸਕਦੇ ਹਨ। ਪੰਛੀ ਪੌਦੇ ਅਤੇ ਜੜੀ ਬੂਟੀਆਂ ਸ਼ਿਕਾਰੀ ਅਤੇ ਸ਼ਿਕਾਰ ਦੇ ਵਿਚਕਾਰ ਇੱਕ ਨਾਜ਼ੁਕ ਸੰਤੁਲਨ ਬਣਾਈ ਰੱਖਣ ਵਿੱਚ ਸਹਾਇਤਾ ਕਰਦੇ ਹਨ। ਇੱਕ ਵਧੀਆ ਉਦਾਹਰਣ ਲੂਣ ਦੀ ਦਲਦਲ ਹੈ ਜਿੱਥੇ ਕੁਝ ਪੌਦੇ ਪੁੰਗਰਦੇ ਹਨ ਜੋ ਸਥਾਨਕ ਪਾਣੀ ਨੂੰ ਫਿਲਟਰ ਕਰਨ ਅਤੇ ਤੱਟ ਨੂੰ ਸਮੁੰਦਰਹੀਨ ਤੋਂ ਬਚਾਉਣ ਵਿੱਚ ਸਹਾਇਤਾ ਕਰਦੇ ਹਨ। ਇੱਥੇ ਬਹੁਤ ਸਾਰੇ ਜੜੀ ਬੂਟੀਆਂ ਹਨ ਜੋ ਇਹਨਾਂ ਪੌਦਿਆਂ ਦੇ ਅਤੇ ਖਾਣਗੀਆਂ ਜੋ ਪੰਛੀਆਂ ਦੁਆਰਾ ਖਾਧਾ ਜਾਂਦਾ ਹੈ ਅਤੇ ਇਸ ਲਈ ਵਾਤਾਵਰਨ ਪ੍ਰਣਾਲੀ ਵੀ ਰੱਖਿਆ ਕਰਦਾ ਹੈ। ਪੰਛੀ ਸਾਨੂੰ ਪ੍ਰੇਰਿਤ ਕਰਦੇ ਹਨ ਅਤੇ ਸਾਨੂੰ ਸਿੱਖਿਅਤ ਕਰਦੇ ਹਨ। ਸਦੀਆਂ ਤੋਂ ਮਨੁੱਖਾਂ ਨੇ ਪੰਛੀਆਂ ਤੋਂ ਪ੍ਰੇਰਣਾ ਪ੍ਰਾਪਤ ਕੀਤੀ ਹੈ। ਉਦਾਹਰਣ ਲਈ ਫਲਾਈਟ ਦੀ ਤਕਨੋਲੋਜੀ ਜਾਂ ਜਿਪਰਾ ਦੀ ਕਾਦੀ ਪੰਛੀਆਂ ਦੇ ਖੰਭਾਂ ਉੱਤੇ ਨਮੂਨਾ ਰੱਖਦਾ ਹੈ। ਪਰ ਪੰਛੀਆਂ ਦੀ ਭੂਮਿਕਾ ਪ੍ਰੇਰਣਾਦਾਇਕ ਅਤੇ ਵਿਚਾਰ ਦੇਣ ਤੱਕ ਸੀਮਿਤ ਨਹੀਂ ਹੈ। ਪੰਛੀ ਇਸ ਗ੍ਰਹਿ ਦੇ ਸੰਦੇਸ਼ਵਾਹਕ ਹਨ ਜੋ ਸਾਨੂੰ ਗ੍ਰਹਿ ਦੀ ਸਿਹਤ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ। ਪੰਛੀ ਵਿਆਪਕ ਹੁੰਦੇ ਹਨ ਅਤੇ ਵਾਤਾਵਰਨ ਵਿੱਚ ਤਬਦੀਲੀਆਂ ਲਈ ਤੁਰੰਤ ਪੰਛੀ ਅਕਸਰ ਸਮੁੱਚੇ ਵਾਤਾਵਰਨ ਦੀ ਸਿਹਤ ਦੇ ਵਧੀਆ ਸੂਚਕ ਮੰਨੇ ਜਾਂਦੇ ਹਨ। ਬਚਾਅ ਦੇ ਬਹੁਤ ਸਾਰੇ ਮੁੱਦੇ ਹਨ ਜੋ ਪੰਛੀਆਂ ਲਈ ਖਤਰੇ ਹਨ।
ਇਹਨਾਂ ਮੁੱਦਿਆਂ ਦਾ ਸੁਭਾਅ ਅਕਸਰ ਉਹਨਾਂ ਦੇ ਨਿਵਾਸ ਸਥਾਨ ਵਿੱਚ ਤਬਦੀਲੀਆਂ ਦਾ ਨਤੀਜਾ ਹੁੰਦਾ ਹੈ। ਮੌਸਮ ਵਿੱਚ ਤਬਦੀਲੀ ਕੁਝ ਪ੍ਰਜਾਤੀਆਂ ਦੁਆਰਾ ਪ੍ਰਜਨਨ ਦੇ ਸਮੇਂ ਨੂੰ ਬਦਲਣ ਅਤੇ ਕੁਝ ਸਪੀਸੀਜ਼ ਦੀਆਂ ਸੀਮਾਵਾਂ ਦੇ ਵਿਸਾਰ ਅਤੇ ਦੂਜਿਆਂ ਦੇ ਸੰਕੁਚਨ ਦਾ ਕਾਰਨ ਹੋ ਸਕਦੀ ਹੈ। ਵਿਵਹਾਰ ਪ੍ਰਭਾਵਿਤ ਵੀ ਹੋ ਸਕਦਾ ਹੈ, ਜਿਵੇਂ ਬਦਲਿਆ ਸਮਾਂ ਜਾਂ ਪ੍ਰਵਾਸ ਦੀਆਂ ਮੰਜ਼ਿਲਾਂ। ਬਹੁਤ ਸਾਰੇ ਤੱਟਵਰਤੀ ਨਿਵਾਸ, ਖਾਸਕਰ ਨਮਕ ਦੇ ਰੁੱਖ, ਅਕਸਰ ਵੈਟਸਲੈਂਡ ਵਜੋਂ ਵੇਖੇ ਜਾਂਦੇ ਹਨ ਅਤੇ ਉਦਯੋਗਿਕ ਵਿਕਾਸ ਜਾਂ ਹਾਲ ਹੀ ਵਿੱਚ ਰਿਹਾਇਸ਼ੀ ਅਸਟੇਟਾਂ ਰਾਹੀਂ ਰਾਹ ਬਣਾਉਣ ਲਈ ਅਕਸਰ ਬੁਲਡੋਜ ਕੀਤੇ ਜਾਂਦੇ ਹਨ। ਪੰਛੀਆਂ ਦੀਆਂ ਕੁਝ ਕਿਸਮਾਂ ਲੋਕਾਂ ਅਤੇ ਉਹਨਾਂ ਦੇ ਕੰਮਾਂ ਦੁਆਰਾ ਪਰੇਸ਼ਾਨ ਕਰਨ ਲਈ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ ਅਤੇ ਦੂਸਰੀਆਂ ਇੰਨੀਆਂ ਸੰਵੇਦਨਸ਼ੀਲ ਨਹੀਂ ਹੁੰਦੀਆਂ। ਪੰਛੀ ਇਸ ਦੇ ਡੂੰਘੇ ਬੁਣੇ ਕੱਪ ਆਕਾਰ ਦੇ ਆਲ੍ਹਣੇ ਨੂੰ ਨੀਲੇਪਟ ਅਤੇ ਹੋਰ ਦਰੱਖਤੀਆਂ ਬਾਰੀਕ ਪੱਤਿਆਂ ਵਿੱਚ ਉੱਚਾ ਬਣਾਉਂਦਾ ਹੈ। ਪਰੰਤੂ ਜੇਕਰ ਪੰਛੀ ਪਾਲਕਾਂ ਸਮੇਤ ਬਹੁਤ ਨੇੜੇ ਆਉਂਦੇ ਲੋਕਾਂ ਦੁਆਰਾ ਪਰੇਸ਼ਾਨ ਕੀਤਾ ਜਾਂਦਾ ਹੈ ਤਾਂ ਉਹ ਆਲ੍ਹਣੇ ਨੂੰ ਪੂਰੀ ਤਰ੍ਹਾਂ ਤਿਆਗ ਦੇਵੇਗਾ। ਜੇ ਇਹ ਪ੍ਰਜਨਨ ਦੇ ਮੌਸਮ ਵਿੱਚ ਦੇਰ ਨਾਲ ਹੁੰਦਾ ਹੈ ਤਾਂ ਪੰਛੀ ਹੇਠਾਂ ਦਿੱਤੇ ਪ੍ਰਜਨਨ ਦੇ ਮੌਸਮ ਤੱਕ ਪ੍ਰਜਨਨ ਦੀ ਕੋਸ਼ਿਸ਼ ਨਹੀਂ ਕਰ ਸਕਦੇ। ਹੋ ਸਕਦਾ ਹੈ ਕਿ ਤੁਸੀਂ ਪੰਛੀਆਂ ਨੂੰ ਵੀ ਵੱਧਦੇ ਹੋਏ ਦੇਖ ਸਕੋ। ਤੁਸੀਂ ਅਸਲ ਵਿੱਚ ਉਹਨਾਂ ਨੂੰ ਪਾਲਣ ਵਿੱਚ ਸਹਾਇਤਾ ਕਰ ਸਕਦੇ ਹੋ, ਇਹ ਸੁਨਿਸ਼ਚਿਤ ਕਰਕੇ ਕਿ ਗੁਆਰੀ ਦੀ ਬਿੱਲੀ ਨੂੰ ਘਰ ਦੇ ਅੰਦਰ ਰੱਖਿਆ ਗਿਆ ਹੈ ਅਤੇ ਆਲ੍ਹਣੇ ਦੇ ਨੇੜੇ ਕਿਤੇ ਵੀ ਨਹੀਂ ਆਉਣਾ ਹੈ। ਪਰ ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਬੱਚੇ ਪੰਛੀਆਂ ਨੂੰ ਉੱਡਣ ਲਈ ਸਹਾਇਤਾ ਨਹੀਂ ਕਰਦੇ। ਹਰ ਮਾਪਿਆਂ ਦਾ ਆਪਣੇ ਬੱਚਿਆਂ ਨੂੰ ਸਿਖਾਉਣ ਦਾ ਆਪਣਾ ਵੀ ਅੰਗ ਹੈ। ਇੱਥੇ ਦੋ ਮਹੱਤਵਪੂਰਨ ਉਪਾਅ ਕਰਨੇ ਜ਼ਰੂਰੀ ਹਨ ਜਿਨ੍ਹਾਂ ਨੂੰ ਲੈਣ ਲਈ ਸਾਨੂੰ ਯਤਨ ਕਰਨਾ ਚਾਹੀਦਾ ਹੈ। ਜੇ ਕੋਈ ਪੰਛੀ ਜਾਂ ਉਹਨਾਂ ਦਾ ਜਵਾਨ ਬੇਵਸ ਜਾਂ ਜ਼ਖਮੀ ਹੈ, ਸਾਨੂੰ ਲਾਜ਼ਮੀ ਤੌਰ 'ਤੇ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤੁਸੀਂ ਉਹਨਾਂ ਨੂੰ ਜਲਦੀ ਤੋਂ ਜਲਦੀ ਮਾਇਰਾ ਕੋਲ ਲਿਜਾਇਆ ਜਾਵੇ ਅਤੇ ਉਹਨਾਂ ਬੱਗ ਜਾਪਰਾਂ ਨੂੰ ਬੰਦ ਕਰੋ। ਬਹੁਤੇ ਪੰਛੀ ਉਹਨਾਂ ਬੱਗਾਂ 'ਤੇ ਭੋਜਨ ਕਰਦੇ ਹਨ। ਅਸੀਂ ਅਸਰਦਾਰ ਡੈਮੰਗ ਨਾਲ ਉਹਨਾਂ ਦੇ ਕੁਦਰਤੀ ਭੋਜਨ ਤੋਂ ਵਾਂਝੇ ਹੋਵਾਂਗੇ। ਉਮੀਦ ਹੈ ਕਿ ਤੁਸੀਂ ਸਾਡੀ ਵੀਡੀਓ ਨੂੰ ਪਸੰਦ ਕਰੋਗੇ ਅਤੇ ਅਸੀਂ ਤੁਹਾਨੂੰ ਆਪਣੇ ਆਲੇ ਦੁਆਲੇ ਛੋਟੇ ਵਿੰਗ ਵਾਲੇ ਦੋਸਤਾਂ ਦੀ ਦੇਖਭਾਲ ਲਈ ਪ੍ਰੇਰਿਤ ਕੀਤਾ ਹੈ।